ਸਤ ਸ੍ਰੀ ਅਕਾਲ ਸਾਥੀਓ ਤੁਹਾਡਾ ਆਪਣਾ ਸਾਥੀ ਗੁਰਦੀਪ ਸਿੰਘ ਨਵੇਂ ਵੀਡੀਓ ਲੈ ਕੇ ਹਾਜ਼ਰ ਹੈ ਤੇ ਮੇਰੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣਿਓ ਤੇ ਅੱਗੇ ਤੋਂ ਵੀ ਸ਼ੇਅਰ ਕਰ ਦਿਓ ਆਪਾਂ ਅੱਜ ਗੱਲ ਕਰਾਂਗੇ ਕੋਟਨ ਭਾਵ ਬਾਰੇ ਤੇ ਅੱਜ 22 ਜਨਵਰੀ ਹੈ ਸਾਥੀਓ ਤੇ ਨਰਮੇ ਦੇ ਭਾਵ ਬਾਰੇ ਗੱਲ ਕਰ ਰਹੇ ਹਾਂ सिरसा ਮੰਡੀ ਦੇ ਵਿੱਚ ਨਰਮੇ ਦਾ ਰੇਟ ਅੱਜ 9770 ਰੁਪਏ ਪ੍ਰਤੀ ਕੁੰਟਲ ਆਦਮਪੁਰ ਮੰਡੀ ਦੇ ਵਿੱਚ 9450 ਰੁਪਏ ਪ੍ਰਤੀ ਕੁੰਟਲ ਅਹਲਾਬਾਦ ਦੀ ਮੰਡੀ ਦੇ ਵਿੱਚ ਸਾਥੀਓ ਰੇਟ ਅੱਜ 9673 ਪੀ ਫਤਿਹਾਬਾਦ ਦੀ ਮੰਡੀ ਦੇ ਵਿੱਚ 9150 ਪੀ ਉੱਥੇ ਰੂਈ ਦਾ ਰੇਟ ਕਪਾਸ ਦਾ ਰੇਟ 7300 ਰੁਪਏ ਰਿਹਾ ਤੇ ਅੱਜ ਕੱਲ ਨੂੰ ਥੋੜੀ ਬਹੁਤ ਤੇਜ਼ੀ ਦੇਖਣ ਨੂੰ ਮਿਲੀ ਹੈ ਸਾਥੀਓ ਸਵੇਰ ਸਵੇਰ ਦੀ ਬੋਲੀ ਭਾਵ ਤੁਹਾਨੂੰ ਮੈਂ ਦੱਸ ਰਿਹਾ ਹਾਂ ਤੁਸੀਂ ਮੇਰੇ ਚੈਨਲ ਨੂੰ ਅੱਗੇ ਤੋਂ ਕੇ ਸ਼ੇਅਰ ਕਰ ਦਿਓ ਤਾਂ ਕਿ ਤੁਹਾਨੂੰ ਹਰ ਅਪਡੇਟ ਮਿਲ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਨੂੰ ਹਰ ਟਾਈਮ ਪਹਿਲਾਂ ਮਿਲ ਸਕੇ ਕੈਸਰੀ ਸਿੰਘਪੁਰ ਦੇ ਵਿੱਚ ਨਰਮੇ ਦਾ ਰੇਟ 9710 ਰੁਪਏ ਹਰਮਾਨਗੜ੍ਹ ਦੀ ਮੰਡੀ ਦੇ ਵਿੱਚ 9772 ਰੁਪਏ ਹਰਮਾਨਗੜ੍ਹ ਦੇ ਪ੍ਰਾਪਤ ਨਣ ਬੋਝੜੇ ਹੋਏ ਹਨ ਰੋਜ਼ਾਨਾ ਪੁੱਛਦੇ ਭਾਵ ਤੁਹਾਨੂੰ ਦੱਸਣ ਜਣਾ 9772 ਰੁਪਏ ਸੰਗਰੀਆ ਦੇ ਮੰਡੀ ਦੇ ਵਿੱਚ 9700 ਰੁਪਏ ਗੰਗਾ ਨਗਰ ਦੀ ਮੰਡੀ ਦੇ ਵਿੱਚ 9632 ਰੁਪਏ ਹਰਾਵ ਸਰ ਦੀ ਮੰਡੀ ਦੇ ਵਿੱਚ 9700 ਰੁਪਏ ਸੂਰਤਗੜ੍ਹ ਦੀ ਮੰਡੀ ਵਿੱਚ 9705 ਰੁਪਏ ਗੋਲੋਵਾਲਾ ਮੰਡੀ ਜਿੱਥੇ ਸਭ ਤੋਂ ਤੇਜ਼ੀ ਰਹਿੰਦੀ ਹੈ ਸਾਥੀਓ ਉੱਥੇ ਨਰਮਿਆਂ ਦਾ ਰੇਟ ਅੱਜ 9925 ਰੁਪਏ ਪੰਜਾਬ ਦੀ ਇੱਕ ਹੋਰ ਮੰਡੀ ਆ ਉੱਥੇ ਨਾਲ ਮੇਰੇ ਰੇਟ 9460 ਰੁਪਏ ਰਿਹਾ ਤਾਂ ਸਾਥੀਓ ਤੁਹਾਨੂੰ ਮੈਂ ਅੱਜ ਦੇ ਰੇਟ ਦੱਸ ਚੁੱਕੇ ਹਾਂ ਜੇ ਤੁਹਾਨੂੰ ਕੋਈ ਹੋਰ ਮੰਡੀ ਦਾ ਤੁਹਾਨੂੰ ਭਾਅ ਦੀ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਹਰ ਟਾਈਮ ਅਸੀਂ ਅਵੇਲੇਬਲ ਰਹਿੰਦੇ ਹਾਂ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਹੋਰ ਕੋਈ ਕ੍ਰੋਪ ਇਨਸੁਰੈਂਸ ਮੈਸ਼ਨ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਥੋਂ ਲੈ ਸਕਦੇ ਹੋ ਤੇ ਤੁਹਾਨੂੰ ਕੱਲ ਮੈਂ ਆਖਿਆ ਸੀ ਥੋੜੀ-ਬਹੁਤ ਮੰਦੀ रह ਸਕਦੀ ਹੈ ਤਾਂ ਕਰਕੇ ਕੱਲ ਮੰਦੀ ਸੀ ਤੇ ਅੱਜ ਤੇਜ਼ੀ ਹੈ ਕਿਉਂਕਿ ਜਿੰਸਾਂ ਦੇ ਵਿੱਚ ਸਾਥੀਓ 100-200 ਰੁਪਏ ਦੀ ਮੰਦੀ ਚੱਲਦੀ ਰਹਿੰਦੀ ਹੈ ਇਹ ਤਾਂ ਆਪਣੇ ਬਣੀ ਆਈ ਗੱਲ ਹੈ ਸਾਥੀਓ ਐਮਸੀਐਕਸ ਦੇ ਵਿੱਚ ਅੱਜ ਫੇਰ ਤੇਜ਼ੀ ਦੇਖਣ ਨੂੰ ਮਿਲੀ ਹੈ ਸਵੇਰ ਫੇਰ ਅੱਜ ਰੇਟ ਮੜोतरी ਕਰਕੇ ਹੈ ਬਾਕੀ ਦੇਖਦੇ ਹਾਂ ਸ਼ਾਮ ਤੱਕ ਕਿੰਨਾ ਰੇਟ ਰਹਿੰਦਾ ਹੈ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿੰਨਾ ਰੇਟ ਰਿਹਾ ਗਵਾਰੇ ਦਾ ਵੀ ਠੀਕ ਰੇਟ ਚੱਲ ਰਿਹਾ ਸਾਥੀਓ ਸਰੋਂ ਵੀ 8000 ਰੁਪਏ ਦੇ ਨੇੜੇ ਪਹੁੰਚੀ ਖੜੀ ਹੈ ਤਾਂ ਕਰਕੇ ਤੁਸੀਂ ਤੁਹਾਨੂੰ ਕੋਈ ਹੋਰ ਚੀਜ਼ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਸਤਿ ਸ੍ਰੀ ਅਕਾਲ ਤੁਸੀਂ ਜਾਣਕਾਰੀ ਲੈ ਸਕਦੇ ਹੋ ਠੀਕ ਸਾਥੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਉਨਾ ਚਿਰ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਇੱਕ ਛੋਟੀ ਜਿਹੀ ਜਾਣਕਾਰੀ ਹੋਰ ਦੇ ਦੇਵਾਂ ਸਾਥੀਓ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ ਪਾਲੇ ਦਾ ਮੌਸਮ ਚੱਲ ਰਿਹਾ ਹੈ ਤੇ ਦੋਨੋਂ ਮੈਂ ਵੀਡੀਓ ਬਣਾ ਕੇ ਦਿੱਤੀ ਹੈ ਉਸ ਤੇ ਤੁਸੀਂ ਜ਼ਰੂਰ ਗੌਰ ਕਰਿਓ ਸਾਥੀਓ ਕਿਉਂਕਿ ਪਾਲੇ ਤੋਂ ਫਸਲਾਂ ਨੂੰ ਆਪਣਾ ਬਚਾਉਣਾ ਹੈ ਤਾਂ ਹੀ ਫਾਇਦਾ ਹੋਊਗਾ ਤਾਂ ਕਿ ਕ੍ਰਿਟੀਕਲ ਸਟੇਜ ਹੈ ਫਸਲਾਂ ਦੀ ਠੀਕ ਹੈ ਸਾਥੀਓ ਵੀਡੀਓ ਦੇਖ ਲਿਓ ਸਤਿ ਸ੍ਰੀ ਅਕਾਲ